ਸਸਿਕਾ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੀ ਕੈਂਡੀਡੇਟ ਨਿਕਲ ਕੇ ਆ ਚੁੱਕੀ ਹੈ ਜੀ ਪੰਜਾਬ ਪੋਸਟ ਆਫਿਸ ਭਰਤੀ ਦੇ ਲਈ ਲੇਟੈਸਟ ਨੋਟੀਫਿਕੇਸ਼ਨ ਹੈ ਜਿਸ ਲਈ 10ਵੀਂ 12ਵੀਂ ਗ੍ਰੈਜੂਏਸ਼ਨ ਵਾਲੀ ਕੈਂਡੀਡੇਟ ਨੇ ਅਪਲਾਈ ਕਰ ਸਕਦੇ ਨੇ ਕੋਈ ਇੰਟਰਵਿਊ ਤੁਹਾਡੀ ਨਹੀਂ ਹੋਵੇਗੀ 18 ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਨੇ ਓਲਿਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਜਿੱਦਾਂ ਕਿ ਤੁਹਾਨੂੰ ਪਤਾ ਜੀ ਡੀਐਸ ਦੀਆਂ ਦੋ ਦੋ ਵੈਕੈਂਸੀਜ਼ ਆਲਰੇਡੀ ਆ ਚੁੱਕੀਆਂ ਨੇ ক্লোਜ਼ਰ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਪਾਓ ਜੀ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਦਾ ਹਾਂ ਜੀ ਤੇ ਸਭ ਤੋਂ ਪਹਿਲਾਂ ਕਾਫੀ ਸਾਰੇ ਕੈਂਡੀਡੇਟਸ ਦੇ ਕਮੈਂਟ ਆਉਂਦੇ ਨੇ ਕਿ ਸਰ ਸਾਨੂੰ ਕੁਛ ਇਦਾਂ ਦਾ ਪੋਰਟਲ ਲਾ ਦਿਓ ਜਿੱਥੋਂ ਤੁਸੀਂ ਸਾਰੀਆਂ ਜੌਬਸ ਬਾਰੇ ਅਪਡੇਟ ਲੈ ਸਕੋ ਮਤਲਬ ਕਿ ਰਜਿਸਟਰਡ ਕਰੋ ਤੇ ਉਸ ਤੋਂ ਤੁਹਾਨੂੰ ਜੌਬ ਬਾਰੇ ਅਪਡੇਟ ਆਉਣੇ ਸ਼ੁਰੂ ਹੋ ਜਾਣ ਤਾਂ ਮੈਂ ਅੱਜ ਤੁਹਾਨੂੰ ਦੱਸਣ ਵਾਲਾ ਹਾਂ ਜਿਸ ਦੇ ਵਿੱਚ ਤੁਸੀਂ ਘਰ ਬੈਠੇ 3 ਦਿਨ ਦੇ ਅੰਦਰ ਜੌਬ ਲੈ ਸਕਦੇ ਹੋ ਜੀ ਔਰ ਤੁਹਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗਲੀ ਤੁਹਾਨੂੰ ਜਿਹੜੀਆਂ ਨੇ ਜੌਬਸ ਨੇ ਇੱਥੇ ਉਹ ਜਿਹੜੀਆਂ ਨੇ ਸਜੈਸਟ ਹੋਣਗੀਆਂ ਇਹ ਮੈਂ ਗੱਲ ਕਰ ਰਿਹਾ ਫਾਊਂਡੇਡ ਜੌਬ ਪੋਰਟਲ ਦੇ ਬਾਰੇ ਵਿੱਚ ਜਿਹਦੇ ਵਿੱਚ ਤੁਸੀਂ ਰਜਿਸਟਰੇਟ ਕਰਦੇ ਹੋ ਫ੍ਰੀ ਆਫ ਕੋਸਟ ਇੱਥੇ ਆਪਣਾ ਰੈ ਔਰ ਉਸ ਤੋਂ ਬਾਅਦ ਆਪਣਾ ਇੱਥੇ ਲਿੰਕਡਇਨ ਤੁਹਾਡਾ ਹੈਗਾ ਅਕਾਊਂਟ ਉਹ ਭਰ ਸਕਦੇ ਹੋ ਆਪਣਾ ਪੂਰਾ ਨਾਮ ਈਮੇਲ ਆਈਡੀ ਪਾਸਵਰਡ ਮੋਬਾਈਲ ਨੰਬਰ ਭਰ ਕੇ ਤੇ ਸਬਮਿਟ ਕਰ ਦੇਣਾ ਤੇ ਤੁਹਾਨੂੰ ਤੁਹਾਡੀ ਕੁਆਲਿਫਿਕੇਸ਼ਨ ਦੇ ਅਕੋਰਡਿੰਗਲੀ ਈਮੇਲਸ ਅਤੇ ਕਾਲਸ ਜਿਹੜੀਆਂ ਨੇ ਆਉਣੇ ਸ਼ੁਰੂ ਹੋ ਜਾਣਗੀਆਂ ਸਭ ਤੋਂ ਵਧੀਆ ਗੱਲ ਇਹ ਕਿ ਤੁਸੀਂ ਇੱਥੇ ਇਹਦੇ ਲਈ ਕੋਈ ਪੈਸਾ ਨਹੀਂ ਦੇਣਾ ਕਿਸੇ ਨੂੰ ਵੀ ਔਰ ਤੁਹਾਨੂੰ ਜਿਹੜੀ ਹੈ ਤੁਹਾਡੇ ਘਰ ਦੇ ਨੇੜੇ ਜਿਹੜੀਆਂ ਜੌਬਸ ਹੋਣੀਆਂ ਤੁਹਾਡੀ ਲੋਕੇਸ਼ਨ ਦੇ ਅਕੋਰਡਿੰਗਲੀ ਤੁਹਾਨੂੰ ਉਹੀ ਜੌਬਸ ਜਿਹੜੀਆਂ ਨੇ ਉਹ ਮਿਲਣਗੀਆਂ ਤੇ ਘਰ ਬੈਠੇ ਤੁਸੀਂ ਜੌਬ ਜਿਹੜੀ ਨੇ ਉਹ ਲੈ ਸਕਦੇ ਹੋ ਸਿੰਪਲੀ ਤੁਸੀਂ ਤਿੰਨ ਸਟੈਪ ਨਾਲ ਆਪਣਾ ਜਿਹੜ ਨੇ ਤੇ ਤੁਹਾਨੂੰ ਜਿਹੜੀਆਂ ਜੌਬਸ ਨੇ ਤੁਹਾਡੀ ਈਮੇਲ ਆਈਡੀ ਤੇ ਤੁਹਾਡੇ ਕਾਲਸ ਜਿਹੜੀਆਂ ਨੇ ਆਉਣੇ ਸ਼ੁਰੂ ਜਾਣੀਆਂ ਨੇ ਡਾਇਰੈਕਟ ਜਿਹੜੇ ਰਿਕਰੂਟਰਸ ਨੇ ਉਹਨਾਂ ਵੱਲੋਂ ਔਰ ਡੇਲੀ 500 ਤੋਂ ਵੱਧ ਜੌਬਸ ਜਿਹੜੀਆਂ ਨੇ ਇੱਥੇ ਅਵੇਲੇਬਲ ਹੁੰਦੀਆਂ ਨੇ ਤੁਸੀਂ ਜ਼ਰੂਰ ਇੱਥੇ ਜਿਹੜਾ ਆਪਣਾ ਰਜਿਸਟਰਡ ਕਰੋ ਤੇ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਹੀ ਤੁਹਾਨੂੰ ਜਿਹੜੀਆਂ ਨੇ ਕਾਲ ਮੈਸੇਜਸ ਆਣਗੇ ਜੋ ਕਿ ਤੁਹਾਡੇ ਜੌਬ ਦੇ ਰਿਲੇਟਡ ਨੇ ਤੇ ਤੁਸੀਂ ਪੈਸਾ ਕੋਈ ਨਹੀਂ ਦੇਣਾ ਸੋ ਜਲਦੀ ਨਾਲ ਜਾ ਕੇ ਰਜਿਸਟਰ ਕਰ ਲਓ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮੈਂ ਦੇ ਦਿੱਤਾ ਹੈ ਜੀ ਸਭ ਤੋਂ ਪਹਿਲਾਂ ਗੱਲ ਕਰ ਰਹਾ ਤਾਂ ਇਸ ਦੇ ਵਿੱਚ ਇਹ ਨੋਟੀਫਿਕੇਸ਼ਨ ਇੰਡੀਆ ਪੋਸਟ ਦੇ ਵੱਲੋਂ ਹੈ ਜਿੱਦਾਂ ਤੁਹਾਨੂੰ ਪਤਾ ਹੈ ਕਿ ਆਲਰੇਡੀ ਦੋ ਨੋਟੀਫਿਕੇਸ਼ਨ ਜਿਹੜੇ ਨੇ ਆ ਚੁੱਕੇ ਨੇ ਜੀਡੀਐਸ ਦੇ ਤੇ ਇਸ ਦੇ ਵਿੱਚ ਆਲ ਇੰਡੀਆ ਕੈਂਡੀਡੇਟ ਐਲੀਜੀਬਲ ਨੇ 18 ਤੋਂ ਲੈ ਕੇ 81000 ਤੱਕ ਜਿਹੜੀ ਤੁਹਾਡੀ ਸੈਲਰੀ ਹੋਵੇਗੀ 10 12th ਵਾਲੀ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਐਲੀਜੀਬਲ ਨੇ ਇਸ ਦੇ ਵਿੱਚ ਸਭ ਤੋਂ ਵੱਧ ਪੋਸਟਾਂ ਦੀ ਗੱਲ ਕਰ ਲੈਣੀ ਹੈ ਜਿਸ ਦੇ ਵਿੱਚ ਮੇਲ ਗਾਰਡ ਦੀਆਂ ਵੈਕੈਂਸੀਸ ਨੇ ਜਿਹਦੇ ਲਈ 25 500 ਤੋਂ ਲੈ ਕੇ 81100 ਤੁਹਾਡੀ ਸੈਲਰੀ ਹੋਵੇਗੀ ਪੋਸਟਮੈਨ ਦੀਆਂ ਵੈਕੈਂਸੀਸ ਨੇ ਜਿਹਦੇ ਲਈ 21 700 ਤੋਂ ਲੈ ਕੇ 6 ਵਿਚ ਉਹ ਦਿਖਾਉਣ ਵਾਲੀ ਹੈ ਜੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇੱਥੇ ਵੈਕੈਂਸੀ ਜਿਹੜੀਆਂ ਨੇ ਮੇਲ ਕਾਰਡ ਦੀਆਂ ਨੇ ਜਿਹਦੇ ਵਿੱਚ 12ਵੀਂ ਅਤੇ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਅਪਲਾਈ ਕਰ ਪਾਣਗੇ ਜੀ ਉਸ ਤੋਂ ਬਾਅਦ ਪੋਸਟਮੈਨ ਦੀ ਹੈ ਜਿਹਦੇ ਲਈ 12ਵੀਂ ਅਤੇ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਐਲੀਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਜੀ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇਥੇ ਇਹ ਵੈਕੈਂਸੀਜ਼ ਦੇ ਲਈ ਜਿਹੜਾ ਹੈ ਤੁਹਾਡਾ ਇਸ ਦੇ ਵਿੱਚ ਸਿਲੈਕਸ਼ਨ ਹੈ ਮੈਰਿਟ ਬੇਸਿਸ ਤੇ ਹੋਣਾ ਹੈ ਤੇ 100 ਰੁਪਏ ਐਪਲੀਕੇਸ਼ਨ ਫੀ ਜਿਹੜੀ ਹੈ ਜੀ ਉਹ ਤੁਸੀਂ ਇੱਥੇ ਪੇ ਕਰਨੀ ਹੋਵੇਗੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰਦੇ ਹਾਂ ਜੀ ਇੱਥੇ ਜਿਹੜੇ ਤੁਹਾਡਾ ਕੈਂਡੀਡੇਟਸ ਨੇ ਇਹ ਵੈਕ ਜਿਹੜਾ 98083 ਵੈਕੈਂਸੀ ਜਿਹੜੀਆਂ ਨੇ ਉਹ ਡਾਕ ਵਿਭਾਗ ਦੇ ਵਿੱਚ ਪੈਂਡਿੰਗ ਨੇ ਜਿਹੜੀਆਂ ਕਿ 올ਓਵਰ ਇੰਡੀਆ ਨੇ ਸੋ ਇਸ ਦੇ ਲਈ ਪਹਿਲੋ ਤੋਂ ਜੀਡੀਐਸ ਦਾ ਨੋਟੀਫਿਕੇਸ਼ਨ ਬੈਕ ਟੂ ਬੈਕ ਆਨੇ ਸ਼ੁਰੂ ਹੋ ਗਏ ਨੇ ਉਹਦਾ ਰੀਜ਼ਨ ਕੀ ਹੈ ਬੈਕ ਟੂ ਬੈਕ ਆਨ ਦਾ ਕਿ ਵੈਕੈਂਸੀਜ਼ ਦੀ ਪੈਡੈਂਸੀ ਬਹੁਤ ਜ਼ਿਆਦਾ ਹੈ ਤੇ ਇਹਦੇ ਕਰਕੇ ਉਹਨਾਂ ਨੇ ਇਹਦੇ ਲਈ ਨੋਟੀਫਿਕੇਸ਼ਨ ਜਿਹੜੇ ਨੇ ਕੱਢਨੇ ਸ਼ੁਰੂ ਕਰਤੇ ਨੇ ਤੇ ਆਪਾਂ ਨੂੰ ਮੋਸਟ ਪ੍ਰੋਬੇਬਲੀ ਨੈਕਸਟ ਮੰਥ ਤੱਕ ਇਹ ਨੋਟੀਫਿਕੇਸ਼ਨ ਦੇਖਣ ਨੂੰ ਮਿਲ ਜਾਣਗੇ ਕਿਉਂਕਿ ਇਹ ਨੋਟੀਫਿਕੇਸ਼ਨ ਹਾਲੇ ਤੱਕ ਜਿਹੜੇ ਨੇ ਉਹ ਆਊਟ ਨਹੀਂ ਹੋਏ ਸੋ ਤੁਸੀਂ ਇਹਦੇ ਲਈ ਜ਼ਰੂਰ ਤੋਂ ਅਪਲਾਈ ਕਰਨਾ ਸਾਰੇ ਲਿੰਕ ਮੈਂ ਤੋ ਤੁਸੀਂ ਜਰੂਰ ਚੈੱਕ ਕਰ ਲਿਓ ਜਿੱਦਾਂ ਹੀ ਨੋਟੀਫਿਕੇਸ਼ਨ ਆਊਟ ਹੁੰਦਾ ਹੈ ਤਾਂ ਮੈਂ ਤੁਹਾਡੇ ਲਈ ਹਰ ਇੱਕ ਨੋਟੀਫਿਕੇਸ਼ਨ ਜਿਹੜਾ ਹੈ ਉਹ ਲੈ ਕੇ ਆਂਦਾ ਹੀ ਰਵਾਂਗਾ ਤੇ ਬਾਕੀ ਨੋਟੀਫਿਕੇਸ਼ਨ ਜਿੱਦਾਂ ਹੀ ਆਊਟ ਹੋਏਗਾ ਤੁਹਾਨੂੰ ਨੋਟੀਫਿਕੇਸ਼ਨ ਦਾ ਲਿੰਕ ਮਿਲ ਜੇਗਾ ਡਿਸਕ੍ਰਿਪਸ਼ਨ ਦੇ ਵਿੱਚ ਸੋ ਤੁਸੀਂ ਚੈੱਕ ਕਰਕੇ ਅਪਲਾਈ ਕਰ ਲਿਓ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੁੰਦਾ ਹੈ ਤਾਂ ਜਰੂਰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਿਓ ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਨਵੇਂ-ਨਵੇਂ ਨੋਟੀਫਿਕੇਸ਼ਨ ਜਿਹੜੇ ਨੇ ਉਹ ਲੈ ਕੇ ਆਂਦਾ ਹੀ ਰਵਾਂਗਾ ਸੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ